लकाई जेड़ा बड़ा चवल सारे घर गल छड़ेदा ते फिर बोलदा फिर इधर पौंदा पौंदा फिर घर मुड़ के छड़ दे बाद ओ स्याणी बंदे दी आके गल नहीं पता वी मुड़ के मर जावे ए वी तैर साहब या तुसी ना चेंज करो ते या इन बंदा बना छड़ो रात को पीती है कोरोना वायरस का भी कोई कंट्रोल होया कि नहीं थाईलैंड वाले कोई हल कढ़िया ਪਰ ਉਹ ਵੀ ਕੰਟਰੋਲ ਕਰਦੇ ਕਰਦੇ ਬੜਾ ਟਾਈਮ ਲੱਗਦਾ ਬੜਾ ਟਾਈਮ ਲੱਗ ਜਾਂਦਾ ਅਗਲੇ ਦਿਨ ਉਹ ਚੜਿਆ ਸੀ YouTube ਦੇ ਉੱਤੇ ਵੀ ਕਿ ਇੰਡੀਆ ਵਾਲਿਆਂ ਨੇ ਕੱਢਿਆ ਥੋੜਾ ਹੋਰ ਲੱਗ ਕੇ ਆਹ ਆਹ ਉਹ ਯਾਰ ਇੰਡੀਆ ਦੀ ਤਰ੍ਹਾਂ ਅਸ ਵੇਲੇ ਮੈਂ ਖਬਰਾਂ ਪਿਆ ਸੁਣਦਾ ਸੀ ਬਾਬਰੀ ਮਸਜਿਦ ਵਿੱਚ ਜਿਹੜੀ ਮਸ਼ੀਨਰੀ ਜਾਂਦੀ ਹੈ ਬੰਦ ਹੋ ਜਾਂਦੀ ਹੈ ਜਿਹੜੇ ਬੰਦੇ ਜਾਂਦੇ ਨੇ ਉਹ ਜਨਾਬ ਹਾਲ ਹਾਲ ਕਰਕੇ ਨਸ ਜਾਂਦੇ ਨੇ ਮੋਦੀ ਨੇ ਮੋਦੀ ਦੇ ਰਾਤੀ ਉੱਚੂਏ ਨਜ਼ਰ ਹੁੰਦੇ ਨੇ ਦਫ਼ਤਰ ਚ ਵੀ ਘਰ ਵੀ ਉਹਨਾਂ ਹਾਲ ਕੱਢਿਆ ਪਿਸ਼ਾਬ ਪੀਂਦਾ ਗਾਏ ਦਾ ਹਾਂ ਜੀ ਕੀ ਹੈ ਜੀ ਪਿਸ਼ਾਬ ਤੇ ਗੋਬਰ ਮਲੋ ਤੇ ਕੋਰੋਨਾ ਵਾਇਰਸ ਜਾਂਦਾ ਰਹਿੰਦਾ ਸਹੀ ਗੱਲ ਹੈ ਦੀਦੀ ਗੋਪੀ ਗੱਲ ਸਹੀ ਪਿਆ ਕਰਦਾ ਬਾਈ ਜੀ ਸਾਡੇ ਪਿੰਡ ਨਾ ਗੋਪੀ ਇੱਕ ਜਗ੍ਹਾ ਤੇ ਨਾ ਬਾਜ਼ਾਰ ਆਈ ਤੇ ਉਹ ਨਾ ਇੰਜੇ ਨਾ ਬੰਨ ਤੋੜ ਕੇ ਨਾ ਉੱਤੇ ਮਸ਼ੀਨ ਲਾ ਛੜੀ ਸਾਨੂੰ ਤੇ ਪਤਾ ਹੀ ਕੋਈ ਬਜ਼ੁਰਗ ਇੱਥੇ ਦਫਨਾਏ ਹੈ ਇਹ ਨਾ ਜਨਾਬ ਉਹ ਮਸ਼ੀਨ ਇੱਕ ਦਿਨ ਵੀ ਨਹੀਂ ਚੱਲੀ ਹਰ ਰੋਜ਼ ਉਹ ਮਸ਼ੀਨ ਖਰਾਬ ਹੋ ਜਾਏ ਐਂਡ ਤੇ ਜਨਾਬ ਕੀ ਉਹਨਾਂ ਫੈਸਲਾ ਕੀਤਾ ਇੱਥੇ ਦਰਬਾਰ ਬਣਾਓ ਮਸ਼ੀਨ ਇੱਥੋਂ ਕੱਟ ਕੇ ਤੇ ਲੈ ਜਾਓ ਕੋਈ ਹੈ ਤਾਂ ਸਹੀ ਬਜ਼ੁਰਗ ਜਿਹੜੇ ਉੱਥੇ ਹੁੰਦੇ ਨੇ ਉੱਥੇ ਮਸਜਿਦ ਦੀ ਰਾਣੀ ਹੈ ਮੰਦਰ ਨਹੀਂ ਬਣ ਸਕਦਾ ਇਟਲੀ ਤੇ ਇੱਥੇ ਜਰਮਨ ਬੜਾ ਆ ਗਿਆ ਜਿਹੜੇ ਜਿਹੜੇ ਚਾਹੀਦਾ ਬੜੀ ਤਰੇੜ ਪਈ ਹੈ ਯਾਰ ਮੋਈ ਮਹਾਦ ਹੋਈ ਕੋਈ ਤਰਮੀਨੇ ਮਸਤ ਕਰਦੇ ਆ ਦੇਖੋ ਜੀ ਅੱਲਾਹ ਦੀ ਕੁਦਰਤ ਹੈ ਸੱਲੱਲਾ ਵਸੱਲਮ ਕਾ ਨਾਮ ਜੋ ਮਾਲਟੇ ਪੇ ਪਰ ਦੇਖੋ 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 ਯਾਰ ਵਾਹ ਸੁਭਾਨ ਅੱਲਾਹ ਅੱਲਾਹ ਤੇਰੀ ਕੁਦਰਤ ਲਾਲਾ ਲਾਲਾ ਧਿਆਨ ਕਰ ਵੇਖ ਮੁਹੰਮਦ ਸੱਲੱਲਾ ਅਲੈਹਿ ਵਸੱਲਮ ਦੀ ਹੀ ਹੈ ਆ ਵੇਖ ਹਾਂ ਜੀ ਬਿਲਕੁਲ ਹੈ ਕੀ ਬਾਤ ਹੈ
ਬਾਟੇ ਦੇ ਉੱਤੇ ਨਾ ਲਿਖੇ ਹੈ ਅੱਲਾਹ ਦੀ ਤਰਫ ਵੇਖ ਲਓ ਯਾਰ ਅੱਲਾਹ ਦੀ ਤਰਫ ਹੀ ਲਿਖਿਆ ਗਿਆ ਹੈ ਇਹ ਵੇਖੋ ਤੁਸੀਂ ਜੀ ਗਾ ਕੀ ਹੈ ਮਾਸ਼ਾ ਅੱਲਾਹ ਤੂੰ ਆ ਪੜਖ ਮੇਰਾ ਪੁੱਤਰ ਵੇਖੇ ਪਾਣੀ ਨਾ ਜਾ ਕੇਤਾ ਨਹੀਂ ਸਮਝ ਲੱਗਦੀ ਲੱਗ ਗਈ ਲੱਗ ਗਈ ਉੱਚਾ ਬੋਲ ਸਾਰਿਆਂ ਨੂੰ ਦੱਸੇ ਪੜ ਬੈਠਾ ਉੱਚਾ ਬੋਲ ਕੇ ਦੱਸ ਮੁਹੰਮਦ ਨੰਬਰੇ ਰਮਾਨੋ ਦੀ ਅਮੀਰ